ਕਰਜ਼ਾਈ ਕਿਸਾਨਾਂ ਨੂੰ ਰਾਹਤ ਦੇਣ ਦੀ ਗੱਲ ਕਰਨ ਵਾਲੇ ਸਰਕਾਰ ਦੇ ਸ਼ਾਸਨ ਚ ਅੱਜ ਇੱਕ ਹੋਰ ਕਿਸਾਨ ਨੇ ਕੀਟਨਾਸ਼ਕ ਦਵਾਈ ਨਿਗਲ ਲਈ ਹੈ। ਅੱਜ ਫਿਰੋਜ਼ਪੁਰ ਦੇ ਪਿੰਡ ਮਹਿਮਾ ਵਿੱਚ ਉਦੋਂ ਮਾਹੌਲ ਗਮਗੀਨ ਵਾਲਾ ਬਣ ਗਿਆ ਜਦੋਂ ਇੱਕ ਕਿਸਾਨ ਵੱਲੋਂ ਕਰਜ਼ੇ ਦੇ ਬੋਝ ਹੇਠ ਦੱਬਦੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਾਣਕਾਰੀ ਮੁਤਾਬਿਕ ਕਿਸਾਨ ਕਰਮਜੀਤ ਵੱਲੋਂ 12 ਲੱਖ ਦੇ ਕਰਜ਼ੇ ਹੇਠ ਦੱਬਦਿਆਂ ਜ਼ਹਿਰੀਲੀ ਦਵਾਈ ਨਿਗਲ ਕੇ ਆਤਮ ਹੱਤਿਆ ਕੀਤੀ ਗਈ ਹੈ। ਉੱਥੇ ਪਰਿਵਾਰਕ ਮੈਂਬਰ ਤੇ ਆਮ ਲੋਕਾਂ ਨੇ ਸਰਕਾਰ ਨੂੰ ਆਪਣੇ ਵਾਅਦਿਆਂ ਤੇ ਵਿਚਾਰ ਕਰਨ ਦੀ ਗੁਹਾਰ ਲਗਾਈ ਤਾਂ ਜੋ ਕਰਜ਼ੇ ਸਦਕਾ ਮੌਤ ਦੇ ਮੂੰਹ ਜਾ ਰਹੀ ਕਿਸਾਨੀ ਨੂੰ ਬਚਾਉਣ ਦਾ ਕੋਈ ਹਿੱਲਾ ਕੀਤਾ ਜਾ ਸਕੇ। ਬਸ ਜੀ, ਉਹਨਾਂ ਦੀ ਕਰਜ਼ਾ ਹੀ ਕਾਫੀ ਸੀਗਾ, 13-14 ਲੱਖ ਰੁਪਈਆ। ਪਹਿਲੇ ਜ਼ਮੀਨ ਵੀ ਵੇਚੀ ਆ, ਕੁਛ ਕਰਜ਼ਾ ਮੋੜਿਆ ਹੈਗਾ, ਫਿਰ ਵੀ ਉਹ ਪਿੱਛੇ ਜੇ ਜਿਹੜਾ ਗੌਰਮੈਂਟ ਨੇ ਕਹਿ ਤਾ ਕਿ ਅੱਗੇ ਤੁਹਾਡੇ ਮਾਫ਼ੀ ਆ ਜਾਏਗੀ, ਤੁਹਾਨੂੰ ਉਹ ਮਾਫ਼ੀ ਦੇ ਚੱਕਰ ਦੇ ਵਿੱਚ ਹੀ ਬਸ ਵਿਆਜ 'ਤੇ ਵਿਆਜ ਲਾ ਲਾ ਕੇ ਹੁਣ ਬੈਂਕ ਵਾਲੇ ਪਰੇਸ਼ਾਨ ਕਰਦੇ ਸੀ ਕਾਫ਼ੀ ਦਿਨਾਂ ਤੋਂ। ਮਤਲਬ ਇਸ ਤਰ੍ਹਾਂ ਹੀ ਕਹਿ ਰਿਹਾ ਸੀ ਕਿ ਮੈਨੂੰ ਚੱਕਰ ਆਉਂਦੇ ਆ, ਧੱਕੇ ਜਿਹੇ ਵੱਜਦੇ ਆ, ਪਤਾ ਨਹੀਂ। ਬਹੁਤ ਜ਼ਿਆਦਾ ਟੈਨਸ਼ਨ ਦੇ ਵਿੱਚ ਸੀਗਾ ਜੀ, ਪਤਾ ਨਹੀਂ ਕੀ ਬਣਿਆ ਜੀ, ਰਾਤ ਸੁਬਹ ਉੱਠਿਆ ਹੀ ਨਹੀਂ। ਉਧਰ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਜੀ ਕਰਮਜੀਤ ਸਿੰਘ ਸਾਨੂੰ ਬਲਵੰਤ ਸਿੰਘ ਵਾਸੀ ਹੈ ਜੀ, ਮਹਿਮਾ ਦਾ ਜ਼ਿਮੀਂਦਾਰ ਹੈ ਜੀ। ਇਹਨੇ ਕੋਈ ਜ਼ਹਿਰੀਲੀ ਦਵਾਈ ਪੀਣ ਕਰਕੇ ਜਿਹੜੀ ਉਹ ਖੁਦਕੁਸ਼ੀ ਕਰ ਲਈ ਹੈ ਜੀ, ਕਾਰਵਾਈ ਜਾਰੀ ਹੈ ਜੀ। ਅਤੇ ਸਰ ਕਿੰਨਾ ਕਰਜ਼ਾ ਸੀ ਕਹਿੰਦੇ? 12-13 ਲੱਖ ਰੁਪਏ ਦੱਸ ਰਿਹਾ ਜੀ। ਅਤੇ ਕਦੋਂ ਆਈ ਇਹਦੇ ਮੌਤ ਨੂੰ ਪਤਾ ਲੱਗਦਾ? ਰਾਤ ਇਹਨੇ ਕੋਈ ਬਾਹਰ ਮੋਟਰ ਤੋਂ ਪੀ ਕੇ ਆ ਕੇ ਸੌਂ ਗਿਆ ਜੀ, ਸੁਬਹ ਪਤਾ ਲੱਗਿਆ ਇਹਨਾਂ ਨੂੰ ਵਾਰਸਾਂ ਨੂੰ। ਫਿਰੋਜ਼ਪੁਰ ਤੋਂ ਸਰਬਜੀਤ ਸਿੰਘ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ? ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ, ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ। ਤੁਸੀਂ ਕਾਲ ਕਰ ਸਕਦੇ ਹੋ 92563।